बधाइयां वीर दी बीनी ऊपर रखड़ियां पैण अज बनाइयां वीर दी बीनी ऊपर रखड़ियां पैण अज बनाइयां। एक बारी परती रिपीट करके इस बोल की ओ तरम दियाड़ा रखड़ी दायज सारे की बधाइयां वीरे दी बीनी दे ऊपर रखड़ियां पैणे बनाइयां वीरे दी बीनी ऊपर रखड़ियां पैणे दी रिहर्सल की कमी की वजह कहना थोड़ा जहा फंबल आया माफी चांग। अगला बोल है वो सारिया भैणा वीर गीत सारिया भैणा वीर गीत मंगन ही है दुआमा सुखी रवे सदा वीर पिया लगन दुखे दिया बावा सुखी रवे सदा वीर प्यारा नी लगन दुखे दिया बावा। भैन ने तकदी है कि मेरे भरा दे उपर दुख दी कोई बा नहीं आवे पर तीजर एक बारी बोल है वो सारिया भैणा वीर गीत मंगन ही है दुआमा सुखी रवे सदा वीर प्यारा नी लगन दुखे दिया बावा सुखी रवे सदा वीर प्यारा नी लगन दुखे दिया बावा। थोड़ी नजर ते शेयर करते रहो अगर तुसें की कोशिश अच्छी लगा दी है तां वो कच्चे धागे दा बंधन रखड़ी कच्चे धागे दा बंधन रखड़ी मनदा ए जग सारा पैन परा मैं दा रिश्ता लोको रिश्ते कोला प्यारा भैन परा मैं दा रिश्ता लोको हर रिश्ते कोला प्यारा। परती बोल रिपीट करूं क्योंकि कुछ नवे लोग जुड़ते ना वो कच्चे धागे दा बंधन रखड़ी कच्चे धागे दा जग सारा भैन भरा मैं दा रिश्ता लोको हर रिश्ते कोला प्यारा भैन भरा मैं दा रिश्ता लोको हर रिश्ते कोला प्यारा। शुक्रिया तो शेयर करा दियो ये भैन भरा दे रिश्ते दे आस्ते शेयर करना है सारी संस्कृति आस्ते शेयर करना है। अगला बोल है ओ अपने सुखे की त्यागी है ते अपने सुखे की त्यागी है खुश वीर दी खुशी च रहना दुखी वीर दे हर दुखड़े च नित पैणा दुखी भी रहंदे हर दुखड़े च रहंदियां
ਨਿਤ ਪੈਣਾ। ਇਹ ਸੱਚਾਈ ਹੈ ਕਿ ਭੈਣ ਭਰਾ ਦੇ ਸੁਖ ਚ ਸੁਖੀ, ਖੁਸ਼ ਚ ਖੁਸ਼ੀ ਤੇ ਉਹਦੇ ਦੁੱਖ ਚ ਦੁੱਖ ਮਨਾਉਂਦੀ ਹੈ। ਬੋਲ ਰਿਪੀਟ ਕਰੇਗਾ, ਆਪਣੇ ਸੁਖ ਕੀ ਤਿਆਗੀ ਹੈ, ਖੁਸ਼ ਬਿਰਨ ਦੀ ਖੁਸ਼ੀ ਚ ਰਹਿਣਾ, ਦੁਖੀ ਵੀ ਰਹਿੰਦੇ ਹਰ ਦੁਖੜੇ ਚ ਰਹਿੰਦੀਆਂ ਨਿਤ ਪੈਣਾ, ਦੁਖੀ ਵੀ ਰਹਿੰਦੇ ਹਰ ਦੁਖੜੇ ਚ ਰਹਿੰਦੀਆਂ ਨਿਤ ਪੈਣਾ। ਲਓ ਜੀ ਅਗਲਾ ਬੋਲ, ਤੁਹਾਡੀ ਸਾਰਿਆਂ ਦੀ ਨਜ਼ਰ। ਭੈਣ ਪਈਏ ਦਾ ਪਰਮ ਦਿਆਲਾ, ਭੈਣ ਪਈਏ ਦਾ ਪਰਮ ਦਿਆਲਾ, ਰਕਸ਼ਾਬੰਧਨ ਮਨਾਇਓ, ਧਰਮ ਭੈਣੇ ਦੀ ਰਾਖੀ ਆਲਾ, ਸਾਰੇ ਵੀਰਨ ਵਾਇਓ, ਭੈਣੇ ਦੀ ਰਾਖੀ ਆਲਾ, ਸਾਰੇ ਵੀਰਨ ਵਾਇਓ। ਇੱਕ ਵਾਰੀ ਪਰਤੀ ਹੈ ਰਿਪੀਟ ਕਰਨ, ਭੈਣ ਪਈਏ ਦਾ ਪਰਮ ਦਿਆੜਾ, ਭੈਣ ਪਈਏ ਦਾ ਪਰਮ ਦਿਆੜਾ, ਰਕਸ਼ਾਬੰਧਨ ਮਨਾਇਓ, ਧਰਮ ਭੈਣੇ ਦੀ ਰਾਖੀ ਆਲਾ, ਸਾਰੇ ਵੀਰਨ ਵਾਇਓ, ਧਰਮ ਭੈਣੇ ਦੀ ਰਾਖੀ ਆਲਾ, ਸਾਰੇ ਵੀਰਨ ਵਾਇਓ। ਬੋਲਦੇ ਪਹਿਲਾਂ ਕਿਸ ਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਮੈਂ ਲਾਜ਼ਮੀ ਸਮਝੀਗਾ ਕਿ ਤੁਸੀਂ ਲੋਕਾਂ ਦਾ ਪਿਆਰ ਹੈ, ਲੇਕਿਨ ਇੱਕ ਬੋਲ ਹੈ ਬੜਾ ਅੱਛਾ ਨਿਚੋੜ ਵਾਲਾ ਬੋਲ ਲਾਸਟ ਚ। ਪ੍ਰੀਤਮ ਸਿੰਘ ਜੀ, ਰਾਕੇਸ਼, ਸੀਆਰਪੀਐਫ ਜੀ, ਸੰਜੇ ਸਿੰਘ ਜੀ, ਤਿਲਕ ਰਾਜ ਟਗੋਤਰਾ ਜੀ, ਮੋਹਿੰਦਰ ਪੰਚਾਇਰਵੀ ਜੀ, ਕੁਲਦੀਪ ਸਿੰਘ ਲੱਕੀ ਜੀ, ਪਵਨ ਸਿੰਘ ਸੰਥਿਆਲ ਜੀ, ਤਿਲਕ ਰਾਜ ਟਗੋਤਰਾ ਜੀ, ਤਿਲਕ ਰਾਜ ਸ਼ਰਮਾ ਜੀ, ਅਰਜੁਨ ਸਿੰਘ ਠਾਕੁਰ ਜੀ, ਡਾਕਟਰ ਸੀਐਮ ਸੇਠ ਸਰ, ਸੰਜੇ ਸਿੰਘ ਜੀ, ਸੰਜੇ ਠਾਕੁਰ ਜੀ, ਊਸ਼ਾ ਦੇਵੀ ਬਸਿਆਲ ਜੀ, ਹੈਪੀ ਰਕਸ਼ਾਬੰਧਨ, ਥੈਂਕ ਯੂ ਸੇਮ ਟੂ ਯੂ, ਤੁਸੀਂ ਕੀ ਵੀ, ਮੂਲ ਰਾਜ ਜੀ, ਹਰਿਸ਼ ਕੈਲਾ ਜੀ, ਗੁਰੂ ਹਰਿਸ਼ ਕੈਲਾ, ਔਰ ਜਿਹਨੇ ਮਿਖੀ ਰੇਡੀਓ ਸਟੇਸ਼ਨ ਅਪਰੂਵ ਕਰਵਾਇਆ ਹੈ, ਸਰ ਪ੍ਰਣਾਮ ਤੇ ਸ਼ੁਕਰੀਆ ਬੜਾ ਬੜਾ। ਤੇ ਸੁਸ਼ੀਲ, ਡਾਕਟਰ ਸੀ ਐਮ ਸੇਠ ਜੀ, ਵੈਰੀ ਗੁੱਡ ਸੌਂਗ ਆਨ ਰਕਸ਼ਾਬੰਧਨ, ਸਰ ਬਹੁਤ ਬਹੁਤ ਸ਼ੁਕਰੀਆ, ਤੁਸ ਤੁਹਾਡੇ ਦੀਆਂ ਹਸਤੀਆਂ ਮੇਰਾ, ਮੇਰੀ ਟੀਮ ਦਾ, ਸਾਡਾ ਡੋਗਰੇ ਕਲਚਰ ਦੇ ਪ੍ਰੇਮੀਆਂ ਦਾ ਮਾਰਗ ਦਰਸ਼ਨ ਕਰਦੇ ਰਹਿਣ ਦੇ ਸਾਡੇ ਵਾਸਤੇ ਇਹ ਬਹੁਤ ਵੱਡਾ ਟਾਨਿਕ ਹੈ। ਪਵਨ ਕੁਮਾਰ ਜੀ, ਰਾਜਪੂਤ ਅਜੇ ਬਲਵਾਲ ਜੀ, ਬਿਜੂ ਚਾਰਕ ਜੀ, ਸੁਸ਼ੀਲ ਭਗਤ ਜੀ, ਰਫੀਕ ਅਹਿਮਦ ਜਰਾਲ, ਮੇਰੇ ਭਰਾ ਕੇ ਐਸ ਅਫਸਰ, ਇਸ ਵੇਲੇ ਤਹਿਸੀਲਦਾਰ ਜੰਮੂ, ਮੇਰੇ ਕਲਾਸਮੇਟ ਕਾਲਜ ਟਾਈਮ ਦੇ ਨੇ, ਰਫੀਕ ਅਹਿਮਦ ਜਰਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜਰਾਲ ਸਾਹਿਬ, ਸੰਜੇ ਠਾਕੁਰ ਜੀ, ਕੁਲਦੀਪ ਕੁਮਾਰ ਜੀ, ਗੋਬਿੰਦਰਾਮ ਜੀ, ਦਲੀਪ ਸਿੰਘ ਜੀ, ਕਰਨੈਲ ਸਿੰਘ ਜੀ, ਪ੍ਰੀਤਮ ਸਿੰਘ ਜੀ, ਵੈਰੀ ਵੈਰੀ ਨਾਈਸ ਸਵਾਸ ਜੀ, ਜੈ ਡੁੱਗਰ, ਜੈ ਭਾਰਤ, ਔਰ ਵੀ ਬਹਿਣ ਕੋ ਪ੍ਰੇਮ, ਰਕਸ਼ਾ ਬੰਧਨ ਕਾ ਤਹਿਵਾ, ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਸਿੰਘ ਜੀ, ਪ੍ਰਪਾਲ ਸਿੰਘ ਜੀ, ਕੁਲਦੀਪ ਕੁਮਾਰ ਜੀ, ਸ਼ਿਵਾਨੀ ਵਰਮਾ ਜੀ, ਸੰਜੀਵ ਜਮੈਂਡੂ ਜੀ, ਮਹਿੰਦਰ ਰਾਜਪੂਤ ਜੀ, ਦਲੀਪ ਸਿੰਘ ਜੀ, ਮਨੋਜ ਵਰਮਾ ਜੀ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬੜਾ ਬੜਾ ਧੰਨਵਾਦ, ਤੁਸੀਂ ਅਸੀਂ ਕੀ ਝੱਲਿਆ ਇਹ ਲਗਭਗ ਅੱਧੇ ਘੰਟੇ ਕੋਲ ਉੱਪਰ ਜ਼ਿਆਦਾ ਹੋਈ ਹੈ ਟਾਈਮ, ਤੇ ਚਲੋ ਜ਼ਿਆਦਾ ਲੰਬਾ ਨਹੀਂ ਕਰੀਏ, ਮੇਰਾ ਇੱਕੇ ਅੱਜ ਦਾ ਜਿਹੜਾ ਵਿਸ਼ੇ ਹਾ, ਮਿਸ਼ਨ ਹਾ, ਏਮ ਹਾ, ਕਿ ਭੈਣ ਭਰਾ ਦੇ ਇਸ ਪਵਿੱਤਰ ਮੌਕੇ ਦੇ ਉੱਪਰ ਕਿਸ ਤੁਹਾਡੇ ਕੰਨੇ ਗੁਣਗੁਣਾਈ ਹੈ ਪੇਸ਼ ਕਰਚੇ, ਔਰ ਬੜਾ ਪਿਆਰ ਤੁਸੀਂ ਲੋਕਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ, ਉਮੀਦ ਕਰੇਗਾ ਅੱਗੇ ਵੀ ਤੁਹਾਡਾ ਪਿਆਰ, ਤੁਹਾਡਾ ਆਸ਼ੀਰਵਾਦ, ਤੁਹਾਡਾ ਸਹਿਯੋਗ, ਤੁਹਾਡੀ ਸਪੋਰਟ ਸੁਭਾਸ਼ ਬ੍ਰਹਮਣੂ ਦੇ ਕੰਨੇ ਬਣੀ ਦੀ ਰਹੋ, ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਤੇ ਲਾਓ ਆਖਰੀ ਬੋਲ ਭੈਣ ਭਰਾ ਦੇ ਇਸ ਰਿਸ਼ਤੇ ਦੇ ਉੱਪਰ ਪੇਸ਼ ਕਰਾਂਗਾ, ਤੇ ਉਹਦੇ ਬਾਅਦ ਇਜਾਜ਼ਤ ਚਾਹਗਾ ਸਾਰਿਆਂ ਕੀ, ਇੱਕ ਵਾਰੀ ਪਰਤੀ ਹੈ ਰਕਸ਼ਾਬੰਧਨ ਦੀਆਂ ਮਤੀਆਂ ਮਤੀਆਂ ਮੁਬਾਰਕਾਂ, ਭੈਣ ਭਰਾਏ ਦਾ ਤੁਹਾਡਾ ਸਾਰੇ ਦਾ ਪਿਆਰ ਹੀ ਹੈ ਕਿ ਬਣੇ ਦਾ ਰਹੋ, ਪਰਿਵਾਰ ਚ ਸੁਖ ਸ਼ਾਂਤੀ ਹੋਵੇ, ਬਹੁਤ ਬਹੁਤ ਸ਼ੁਕਰੀਆ, ਲਾਓ ਇਹ ਲਾਸਟ ਬੋਲ, ਆਨ ਬਾਨ ਤੇ ਮਾਨ ਪਈਏ
ਸੁਖੀ ਰਹਿਣ ਸਭ ਭੈਣਾ। ਮੈਂ ਕਿਹਾ ਭੈਣਾ ਕਿ ਵਿਸ਼ਵ ਦਾ ਹਰ ਨਾਗਰਿਕ, ਹਰ ਇੱਕ ਬੰਦਾ ਬਿਨਾਂ ਮਜ਼ਹਬ ਓ ਮਿਲਤ ਦੇ, ਧਰਮ ਜਾਤੀ ਦੇ ਫਸਾਦਿਆਂ ਕੋਲ ਉੱਠੀ ਹੈ, ਹਰ ਬੰਦਾ ਸੁਖੀ ਰਵੇ, ਖੁਸ਼ ਰਵੇ, ਸਾਡਾ ਹਿੰਦੁਸਤਾਨ ਤਰੱਕੀ ਕਰੇ, ਸਾਡਾ ਵਿਸ਼ਵ ਤਰੱਕੀ ਕਰੇ। ਅੱਜ ਤੇ ਗਲੋਬਲ ਫੈਮਿਲੀ ਦੀ ਅਸਲੋ ਕਲਪਨਾ ਨਹੀਂ ਬਲਕਿ ਗਲੋਬਲ ਫੈਮਿਲੀ ਮੰਨਣੀ ਆ ਪੂਰੇ ਵਰਲਡ ਕੀ, ਵਿਸ਼ਵ ਕੀ। ਤੇ ਮੇਰੀ ਵੀ ਇਹ ਕਲਪਨਾ ਹੈ ਕਿ ਸਾਰੇ ਖੁਸ਼ ਰਹਿਣ, ਸੁਖੀ ਰਹਿਣ, ਹਰ ਇੱਕ ਦਾ ਪਰਿਵਾਰ ਸੁਖੀ ਰਹੇ। ਲਾਸਟ ਜੀ ਇਹ ਬੋਲ ਦੁਬਾਰਾ ਰਿਪੀਟ ਕਰੀਏ, ਤੁਹਾਡੇ ਕੋਲ ਇਜਾਜ਼ਤ ਚਾਹਾਂ। ਜਿੰਨੇ ਵੀ ਨਵੇਂ ਲੋਕ ਜੁੜੇ ਨੇ ਸਾਰੇ ਕੰਨੇ, ਸੁਨੀਲ ਵਰਮਾ ਜੀ, ਪੁਰਸ਼ੋਤਮ ਕੁਮਾਰ ਜੀ, ਪੂਰਨ ਸਿੰਘ ਮਸਤਾਨਾ ਜੀ, ਮਨਜੀਤ ਸਿੰਘ ਜੀ, ਮਾਇੰਡਰ ਜੀ, ਬਹੁਤ ਬਹੁਤ ਸ਼ੁਕਰੀਆ। ਕਮਲ ਰਾਜਪੂਤ ਜੀ, ਸਰ ਜੀ ਤੁਸੀਂ ਗ੍ਰੇਟ ਹੋ, ਸਰ ਇਹ ਗ੍ਰੇਟ ਤੁਸੀਂ ਲੋਕ ਹੋ ਜਿਹੜਾ ਡੋਗਰਾ ਕਲਚਰ।